ਪਹਿਲਾਂ ਤਾਂ ਤੁਹਾਡਾ ਵਿਰਸਾ ਟੀਵੀ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਤੇ ਦੋਸਤ ਜੌਲ ਸੁਖਜੀਤ ਕੌਰ ਬੈਂਸ, ਜਿਸਨੂੰ ਕੈਲੀ ਵਾਲੀ ਜੱਟੀ ਦੇ ਨਾਮ ਨਾਲ ਵੀ ਜਾਣਦੇ ਨੇ ਤੇ ਬੈਂਸ ਬੈਂਸ ਵੀ ਕਹਿੰਦੇ ਨੇ। ਬੈਂਸ ਆਪਣੀਆਂ ਗਾਲਾਂ ਵਾਲੀ ਵੀਡੀਓ ਦੇ ਕਰਕੇ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਦੇ ਵਿੱਚ ਆਈ ਸੀ, ਜਿਸ ਕਾਰਨ ਸੋਸ਼ਲ ਮੀਡੀਆ ਤੇ ਇੱਕ ਹੀ ਗੱਲ ਸੁਣਨ ਨੂੰ ਮਿਲਦੀ ਸੀ ਕਿ ਬੈਂਸ ਤੇਰੀ ਵੀਡੀਓ ਪੈ ਗਈ, ਬੈਂਸ ਤੇਰੀ ਵੀਡੀਓ ਪੈ ਗਈ, ਜਿਸ ਕਾਰਨ ਇਹ ਮੁੱਦਾ ਕਾਫੀ ਜ਼ਿਆਦਾ ਗਰਮ ਵੀ ਹੋਇਆ ਸੀ। ਜੇ ਆਪਾਂ ਮੁੱਦੇ ਦੀ ਗੱਲ ਕਰੀਏ ਤਾਂ ਬੈਂਸ ਨੇ ਕਾਫੀ ਟਾਈਮ ਬਾਅਦ ਵਾਪਸੀ ਕੀਤੀ ਹੈ ਤੇ ਖੁਸ਼ੀ ਵਾਲੀ ਗੱਲ ਹੈ ਕਿ ਬੈਂਸ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਐਂਟਰੀ ਮਾਰ ਰਹੇ ਨੇ ਪੰਜਾਬੀ ਸਿੰਗਰ ਐਲੀ ਮੰਗਟ ਦੇ ਨਾਲ, ਜਿੱਥੇ ਕਿ ਇੱਕ ਵਾਰ ਫਿਰ ਬੈਂਸ ਦੀਆਂ ਫੋਟੋਆਂ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਐਲੀ ਮੰਗਟ ਦੇ ਨਾਲ, ਤੇ ਕਈ ਤਾਂ ਫੋਟੋਆਂ ਦੇਖ ਕੇ ਇਹ ਵੀ ਕਹਿ ਰਹੇ ਨੇ ਕਿ ਐਲੀ ਮੰਗਟ ਦੇ ਨਾਲ ਬੈਂਸ ਦਾ ਵਿਆਹ ਹੋ ਗਿਆ। ਪਰ ਜਿਵੇਂ ਕਿ ਤੁਹਾਨੂੰ ਦੱਸ ਦਈਏ, ਬੈਂਸ ਐਲੀ ਮੰਗਟ ਦੇ ਗਾਣੇ ਦੀ ਵੀਡੀਓ ਦੇ ਵਿੱਚ ਜਲਦੀ ਹੀ ਆ ਰਹੇ ਨੇ, ਜਿਸ ਦੀਆਂ ਸ਼ੂਟਿੰਗ ਦੀਆਂ ਫੋਟੋਆਂ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਤੇ ਬੈਂਸ ਦੀ ਫੋਟੋ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਕੀ ਕਮੈਂਟ ਕੀਤੇ, ਆਓ ਇੱਕ ਝਲਕ ਮਾਰਦੇ ਹਾਂ ਲੋਕਾਂ ਦੇ ਕਮੈਂਟਸ ਦੇ ਵੱਲ। ਕਿਸੇ ਨੇ ਲਿਖਿਆ, ਉਹ ਬੈਂਸ ਤੇਰੀ ਵੀਡੀਓ ਪੈ ਗਈ ਓਏ, ਤੇ ਕਿਸੇ ਨੇ ਲਿਖਿਆ, ਮੁਬਾਰਕਾਂ ਬੈਂਸ ਪਰਵਾਹ ਨਹੀਂ ਕਰੀ ਦੀ, ਤੇ ਕਿਸੇ ਨੇ ਲਿਖਿਆ, ਬੰਬ ਚੋਰੀ, ਤੇ ਕਿਸੇ ਨੇ ਲੱਗਦਾ ਮਿਊਜ਼ਿਕ ਵਾਲੀ ਵੀਡੀਓ ਲੀਕ ਕਰਨੀ ਪੈਣੀ, ਐਨੀਵੇ ਗੁੱਡ ਲੱਕ ਗਰਲ, ਤੇ ਕਿਸੇ ਨੇ ਲਿਖਿਆ, ਆ ਗਈ ਗਾਣਿਆਂ ਵਿੱਚ ਬੈਂਸ, ਹੁਣ ਪਾਊਗਾ ਪੰਜਾਬੀ ਇੰਡਸਟਰੀ 'ਚ, ਤੇ ਕਿਸੇ ਨੇ ਟਿੱਚਰ ਕਰਦਿਆਂ ਲਿਖਿਆ, ਬੈਂਸ ਜੀ ਉਹ ਫਿਰ ਬੰਦਾ ਕੈਲੀਫੋਰਨੀਆ ਆ ਗਿਆ ਸੀ, ਤੇ ਕੋਈ ਲਿਖਦਾ, ਲੈ ਬਾਈ ਤੇਰੀ ਬਣ ਗਈ ਗੱਲ। ਇਹ ਤਾਂ ਸੀ ਬੈਂਸ ਦੀ ਵਾਇਰਲ ਹੋਈ ਫੋਟੋ ਦੇ ਉੱਤੇ ਲੋਕਾਂ ਦੇ ਕਮੈਂਟਸ। ਤੁਹਾਡਾ ਕੀ ਵਿਚਾਰ ਆ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਹੁਣ ਤੱਕ ਲਈ ਇੰਨਾ ਹੀ, ਤੇ ਮਿਲਦੇ ਹਾਂ ਨਵੀਂ ਵੀਡੀਓ ਨਾਲ ਜਲਦੀ। ਜਦ ਤੱਕ ਤੁਸੀਂ ਦੇਖਦੇ ਰਹੋ ਵਿਰਸਾ ਟੀਵੀ।